ਹੱਜ ਵੀ ਕੀਤੀ ਜਾਂਦੇ ਹੋ ਤੇ ਲਹੂ ਵੀ ਪੀਤੀ ਜਾਂਦੇ ਹੋ। ਹੱਜ ਵੀ ਕੀਤੀ ਜਾਂਦੇ ਹੋ ਤੇ ਲਹੂ ਵੀ ਪੀਤੀ ਜਾਂਦੇ ਹੋ। ਓਏ ਕੀ ਕੀਤੀ ਜਾਂਦੇ ਹੋ, ਇਹ ਕੀ ਕੀਤੀ ਜਾਂਦੇ ਹੋ। ਜਿਹੜਾ ਹੁਣ ਅੱਜ ਚੁੱਕੇ ਨਾ ਬੋਲਿਆ ਨੀ ਮਿਸਰਾਂ ਤੇ, ਮੈਨੂੰ ਉਹਦੇ ਤੇ ਸ਼ੱਕ ਹੋ ਜਾਣਾ ਹੈ। ਹੱਜ ਵੀ ਕੀਤੀ ਜਾਂਦੇ ਹੋ, ਲਹੂ ਵੀ ਪੀਤੀ ਜਾਂਦੇ ਹੋ, ਇਹ ਕੀ ਕੀਤੀ ਜਾਂਦੇ ਹੋ। ਓਏ ਖਾ ਕੇ ਮਾਲ ਯਤੀਮਾਂ ਦਾ ਭੱਜ ਮਸੀਤੀ ਜਾਂਦੇ ਹੋ, ਖਾ ਕੇ ਮਾਲ ਯਤੀਮਾਂ ਦਾ ਭੱਜ ਮਸੀਤੀ ਜਾਂਦੇ ਹੋ, ਇਹ ਕੀ ਕੀਤੀ ਜਾਂਦੇ ਹੋ। ਉਹ ਜਿਹੜੇ ਅਜੇ ਤੱਕ ਨਹੀਂ ਬੋਲੇ ਉਹਨਾਂ ਨੂੰ ਕਹਿ ਰਿਹਾ, ਉਹਨਾਂ ਨੂੰ ਕਹਿ ਰਿਹਾ, ਨਕਾਬਤ ਵੀ ਸੁਣੀ ਜਾਂਦੇ ਹੋ, ਸੁਭਾਨ ਅੱਲਾ ਵੀ ਪੀਤੀ ਜਾਂਦੇ ਹੋ, ਓਏ ਇਹ ਕੀ ਕੀਤੀ ਜਾਂਦੇ ਹੋ, ਹੱਜ ਵੀ ਕੀਤੀ ਜਾਂਦੇ ਹੋ, ਲਹੂ ਵੀ ਪੀਤੀ ਜਾਂਦੇ ਹੋ। ਓਏ ਤੁਸੀਂ ਗੱਲਾਂ ਕੀਤੀ ਜਾਂਦੇ ਹੋ, ਓਏ ਇਹ ਕੀ ਕੀਤੀ ਜਾਂਦੇ ਹੋ। ਤਵੱਜੋ ਮੇਰੇ ਦੋਸਤ, ਹੱਜ ਵੀ ਕੀਤੀ ਜਾਂਦੇ ਹੋ, ਲਹੂ ਵੀ ਪੀਤੀ ਜਾਂਦੇ ਹੋ, ਖਾਕੇ ਮਾਰ ਯਤੀਮਾਂ ਦਾ ਭੱਜ ਮਸੀਤੀ ਜਾਂਦੇ ਹੋ। ਓਏ ਫੱਟ ਦਿਲਾਂ ਦੇ ਸੀਂਦੇ ਨਹੀਂ ਤੇ ਟੋਪੀਆਂ ਸੀਤੀ ਜਾਂਦੇ ਹੋ। ਅੱਛਾ ਤੁਹਾਡੇ ਚੋਂ ਰਾਤ ਦੇ ਇਸ ਪਹਿਰ ਜਿੱਦਾਂ ਹੱਥ ਸਲਾਮਤ ਹੈ ਤੇ ਉੱਠ ਸਕਦਾ ਹੈ, ਉਸਦਾ ਹੱਥ ਉਠਾ ਕੇ ਵਿਖਾਏ। ਮਾਸ਼ਾਅੱਲਾ, ਹੁਣ ਜਿਹੜਾ ਇਸ ਟਾਈਮ ਵੀ ਬਾਜ਼ੌਕ ਹੋ ਕੇ ਉੱਚੀ ਸੁਭਾਨ ਅੱਲਾ ਸੁਣਾ ਸਕਦਾ, ਮਿਹਰਬਾਨੀ ਕਰਕੇ ਸੁਣਾ ਦੇਵੇ। ਸ਼ਰਾਫਤ ਭਾਈ, ਕਮਾਲ ਨਹੀਂ ਹੋ ਗਿਆ, ਬੰਦਿਆਂ ਦੇ ਹੱਥ ਵੀ ਸਲਾਮਤ ਨੇ, ਸੁਭਾਨ ਅੱਲਾ ਕਹਿ ਵੀ ਸਕਦੇ ਨੇ, ਲੇਕਿਨ ਕੁਝ ਬੰਦੇ ਹੱਥ ਥੱਲੇ ਕਰਕੇ ਬੈਠੇ ਨੇ, ਨਹੀਂ ਬੋਲੇ। ਕਾਮਰਾਨ ਕਾਦਰੀ ਪਰੇਸ਼ਾਨ ਨਾ ਹੋ, ਕਿਉਂ? ਕਿਉਂਕਿ ਹੋ ਜਾ ਸਜਣਾ ਸੱਟ ਮਦੀਨੇ, ਕਰਦਾ ਸਹੀ ਕੰਟੈਕਟ ਮਦੀਨੇ, ਆਲੇ ਨਬੀ ਦਾ ਨੌਕਰ ਬਣ ਜਾ, ਹੋਵੇਗੀ ਰਿਸਪੈਕਟ ਮਦੀਨੇ, ਅਸੀਂ ਨਹੀਂ ਆਸੇ ਪਾਸੇ ਜਾਣਾ, ਉਹ ਜਾਵਾਂਗੇ ਡਾਇਰੈਕਟ ਮਦੀਨੇ, ਸਾਡੇ ਤੇ ਸਾਰੇ ਹੀ ਮਸਲੇ ਹੁੰਦੇ ਨੇ। ਪਰਫੈਕਟ ਮਦੀਨੇ ਉਹਨੂੰ ਕੋਈ ਵੀ ਮੂੰਹ ਨਹੀਂ ਲਾਉਂਦਾ, ਜੋ ਹੋ ਜਾਣ ਰਿਜੈਕਟ ਮਦੀਨੇ, ਹੱਥ ਚੁੱਕ ਕੇ ਸੁਭਾਨ ਅੱਲਾ ਉਹ ਕਹਿੰਦੇ ਜਿਹੜੇ ਹੋ ਜਾਣ ਸਿਲੈਕਟ ਮਦੀਨੇ। اب جملہ پیش کروں، پہلے بندے سے لے کر آخری بندے تک، دائیں سے لے کر بائیں تک، یا اللہ جڑا سمجھ کے ہاتھوں کے اونچی بولے، اج کر جا کے اکھ لگے زہرا دے بابے دا دیدار نصیب ہو جائے۔ سمجھ کے جنی طاقت ہے طاقت نہ کے بولنے۔ شرافت بھائی، ہن تک محفل چنی سبحان اللہ دی آواز نہیں سنی ہوئے گی جتنی ہونے نا انصاف کرن والے دی زبان چ سنوں گے۔ ہر بندہ بولے گا نہیں، ہڑپا دے نال سائی وال تے سائی وال دا میرے مسلک دا عظیم نعت گو شاعر احمد علی حاکم صاحب لکھدے نے، دوزخی نہیں میں جنتی ہاں، میں سونے دا امتی ہاں، نال یزیدیاں میں نہیں رہنا، کیونکہ اہل حق دا سنگتی ہاں۔ ہن ہر بندے نو دعوت بھی نہیں تے ہر بندہ بول بھی نہیں سکدا۔ آخری جملہ پیش کر کے میں ہاتھ اٹھاواں، جیڑا حق گل تے بولنا جاندا ہے ہاتھ چوک کے جنی طاقت ہے قربان کر کے بولے گا۔ توجہ، ਹੱਜ ਵੀ ਕੀਤੀ ਜਾਂਦੇ ਹੋ, ਲਹੂ ਵੀ ਪੀਤੀ ਜਾਂਦੇ ਹੋ, ਖਾਕੇ ਮਾਲ ਯਤੀਮਾਂ ਦਾ ਭੱਜ ਮਸੀਤੀ ਜਾਂਦੇ ਹੋ, ਫੱਟ ਦਿਲਾਂ ਦੇ ਸੀਂਦੇ ਨਹੀਂ ਟੋਪੀਆਂ ਸੀਤੀ ਜਾਂਦੇ ਹੋ, ਓਏ ਨਫਸ ਤੇ ਛੁਰੀ ਫੇਰਦੇ ਨਹੀਂ ਤੇ ਦੁੰਬੇ ਕੀਤੀ ਜਾਂਦੇ ਹੋ, ਨਫਸ ਤੇ ਛੁਰੀ ਫੇਰਦੇ ਨਹੀਂ, ਨਫਸ ਤੇ ਛੁਰੀ ਫੇਰਦੇ ਨਹੀਂ ਤੇ ਦੁੰਬੇ ਕੀਤੀ ਜਾਂਦੇ ਹੋ, ਹਮਦ ਸੁਣਦੇ ਹੋ ਨਾਤ ਸੁਣਦੇ ਨਹੀਂ ਤੇ ਖੱਲਾਂ ਲੀਤੀ ਜਾਂਦੇ, ਨਾਤ ਦੇ ਨਾਲ ਮੁਹੱਬਤ ਨਹੀਂ ਤੇ ਖੱਲਾਂ ਲੀਤੀ ਜਾਂਦੇ ਹੋ, ਕੋਈ ਤੇ ਸਮਝਾਓ ਨਾ ਬੁੱਲੇ ਸ਼ਾਹ ਨੂੰ ਇਹ ਕੀ ਕੀਤੀ ਜਾਂਦੇ ਹੋ। ਆਈਏ, ਵਕਤ ਕਮ ਹੈ ਔਰ ਮੈਂ ਜਲਦ ਸੇ ਜਲਦ ਮੇਰੇ ਆਵਾਮ ਮੇਂ ਜੋ ਤੀਨ ਅਨਮੋਲ ਹੀਰੇ ਹੈ ਉਨਕੋ ਸਦਾ ਦੇਣਾ ਚਾਹਤਾ ਹੂੰ। ਫਿਲ ਵਕਤ ਮੈਂ ਲਿਸਟ ਕੇ ਮੁਤਾਬਿਕ ਇਲਤਮਾਸ ਗੁਜ਼ਾਰ ਹੂੰ, ਹੜੱਪਾ ਕੀ ਸਰਜ਼ਮੀਨ ਸੇ ਤਸ਼ਰੀਫ ਲਾਏ ਹੋਏ ਮਾਰੂਫ ਮੁਮਤਾਜ਼ ਮੁਹਤਰਮ ਸਨਾ ਖਾਨ, ਦਿਨ ਹੋਤਾ ਹੈ ਰਾਤ ਹੋਤੀ ਹੈ ਜਿਨਕੇ ਲੱਪੇ ਆਕਾ ਕੀ ਨਾਤ ਹੋਤੀ ਹੈ, ਮੁਹਤਰਮ ਮਕਾਮ ਇੱਜ਼ਤ ਨਾਬ ਸੁਰ ਕੇ ਸਾਥ ਸਰਕਾਰ ਕੀ ਨਾਤ ਪੜ੍ਹਤੇ ਹੋਏ ਸੁਰ ਕੋ ਸਰੂਰ ਮੇਂ ਬਦਲਨੇ ਵਾਲੇ ਮੇਰੇ ਮਸਲਕ ਕੇ ਅਜ਼ੀਮ ਸਨਾ ਖਾਨ ਭਾਈ ਸ਼ਰਾਫਤ ਅਲੀ ਕਾਦਰੀ ਸਾਹਿਬ ਸੇ ਗੁਜ਼ਾਰਿਸ਼ ਕਰਤਾ ਹੂੰ, ਆਪ ਤਸ਼ਰੀਫ ਲਾਏ, ਆ ਕੇ ਨਿਮਤ ਕੀ ਬਾਰਗਾਹ ਮੇਂ ਆਪਣੀ ਹਾਜ਼ਰੀ ਪੇਸ਼ ਫਰਮਾਏ। ਨਾਰਾਏ ਤਕਬੀਰ। ਕਾਕਾ ਫੁੱਲ ਨਾ ਮਾਰੋ, ਮਿਹਰਬਾਨੀ ਕਰੋ, ਇਹ ਸੈਯਦਾਂ ਨੂੰ ਨਿਸਬਤ ਖੂਨੇ ਰਸੂਲ ਨਾਲੇ, ਗੁਲਾਬ ਦੇ ਫੁੱਲਾਂ ਨੂੰ ਨਿਸਬਤ ਪਸੀਨਾ ਰਸੂਲ ਦੇ ਨਾਲੇ, ਮਿਹਰਬਾਨੀ ਫਰਮਾਓ ਇਹਨਾਂ ਦਾ ਅਦਬ ਕਰੋ, ਅਸੀਂ ਅਹਿਲੇ ਸੁਨਤ ਹੈ ਹੀ ਅਹਿਲੇ ਮੁਹੱਬਤ ਹਾਂ। ਨਾਰਾਏ ਤਕਬੀਰ, ਪੂਰੀ ਤਾਕਤ ਲਾ ਕੇ ਬੋਲੋ ਨਾਰਾਏ ਤਕਬੀਰ। ਸੱਚ ਕੀ ਇਹ ਕੂੜ ਕੱਢ ਦੇਵਾਂਗੇ, ਕੂੜਿਆਂ ਦੇ ਕੂੜ ਤੇ ਚਬੂੜ ਕੱਢ ਦੇਵਾਂਗੇ, ਸਾਨੂੰ ਰਹਿਫਲਾਂ ਬੰਦੂਕਾਂ ਦੀ ਲੋੜ ਨਹੀਂ, ਅਸੀਂ ਨਾਰੇ ਨਾਲ ਹੀ ਮੁਨਾਫਕਾਂ ਦੀ ਧੂੜ ਕੱਢ ਦੇਵਾਂਗੇ। ਨਾਰਾਏ ਤਕਬੀਰ, ਨਾਰਾਏ ਰਿਸਾਲਤ, ਜਿਹਦਾ ਹੱਥ ਅਜੇ ਵੀ ਥੱਲੇ ਉਹਨੂੰ ਕਹਿ ਰਿਹਾ ਉਹ ਮੇਰਾ ਭਾਈ ਉਠਾ ਤੇ ਦੱਸ ਦੁਨੀਆ ਵਾਲਿਆਂ ਨੂੰ, ਅਸਾਂ ਤੇ ਮੁਹੰਮਦ ਦਾ ਪੱਲਾ ਨਹੀਂ ਛੱਡਣਾ, ਤਸਬੀਹ ਨਹੀਂ ਛੱਡਣੀ, ਮੁਸੱਲਾ ਨਹੀਂ ਛੱਡਣਾ, ਹਸ਼ਰ ਨੂੰ ਯਾਰੋ ਫਿਰ ਸਾਡਾ ਈਮਾਨ ਏ, ਸਾਡੇ ਮੁਹੰਮਦ ਸਾਨੂੰ ਕੱਲਾ ਨਹੀਂ ਛੱਡਣਾ।